ਬੀਤੇ 3 ਦਿਨਾਂ ਤੋਂ ਭਾਖੜਾ ਡੈਮ ਵਿੱਚੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਪਾਣੀ ਦਾ ਵਹਾਅ ਵਧਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਗਿਆ ਸੀ। ਇਸ ਕਾਰਨ ਮੋਗਾ ਦੇ ਕਸਬਾ ਧਰਮਕੋਟ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਸਤਲੁਜ ਦਰਿਆ ਦੇ ਬੰਨ ਤੇ ਲੱਗਦੇ 18 ਤੋਂ 20 ਪਿੰਡਾਂ ਦੇ ਕਿਸਾਨਾਂ ਦੀ 18,000 ਏਕੜ ਦੇ ਕਰੀਬ ਝੋਨੇ ਦੀ ਫਸਲ ਤੇ ਹਰਾ ਚਾਰਾ 100% ਤਬਾਹ ਹੋ ਚੁੱਕਿਆ ਅਤੇ ਧੂੜੀ ਵੀ ਦਰਿਆਵਾਂ ਦੇ ਵਿੱਚ ਰੁੜ ਗਈ ਹੈ। ਮਦਾਰਪੁਰ, ਸੰਗੇੜਾ, ਮੇਲਕ, ਕੰਬੋਕਲਾਂ ਪਿੰਡਾਂ ਦੇ ਲੋਕਾਂ ਨੂੰ ਘਰ ਛੱਡ ਕੇ ਬਣਾਏ ਕੈਂਪਾਂ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਨੇ। ਉੱਧਰ ਪਾਣੀ ਦਾ ਵਹਾਅ ਵਧਦਾ ਦੇਖ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਦੀਪ ਹਾਸ, ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋੜਗੜ੍ਹ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿੱਤਾ ਅਤੇ ਪਿੰਡ ਰੇੜਵਾ ਨਜ਼ਦੀਕ ਬੰਨ 'ਤੇ ਪਾਣੀ ਬਿਲਕੁਲ ਟੁੱਟਣ ਕਿਨਾਰੇ ਪੁੱਜ ਚੁੱਕਾ ਹੈ। ਪਿੰਡਾਂ ਦੇ ਲੋਕ ਆਪਣੇ ਪੱਧਰ 'ਤੇ ਮਿੱਟੀ ਪਾ ਰਹੇ ਨੇ। ਸੁਖਦੇਵ ਸਿੰਘ ਰੇੜਮਾ ਦਾ ਖਾਸ ਹੀ, ਹਾਂਜੀ ਨਾਲ ਹੀ ਆ, ਬਿਲਕੁਲ ਹੀ ਜਾਣਾ ਇੱਥੇ ਪਾਣੀ ਭਾਅ ਜੀ ਬਹੁਤ ਜ਼ਿਆਦਾ ਚੜਾ ਆ ਵਾ, ਹਾਂਜੀ ਬਿਲਕੁਲ ਪਾਣੀ ਟੱਪਣ ਦਾ ਖਤਰਾ ਹੈਗਾ ਭਾਅ ਜੀ। ਹੁਣ ਆਪਾਂ ਤਸੀਬਨ ਦੇਖਣੇ ਆ, ਹਾਂਜੀ ਭਾਅ ਜੀ ਕਿੰਨਾ ਕੁ ਫਰਕ ਰਹਿ ਗਿਆ ਬੰਦ ਤੋਂ? ਬਿਲਕੁਲ ਥੋੜ੍ਹਾ ਫਰਕ ਰਹਿ ਗਿਆ, ਬਿਲਕੁਲ ਹੀ, ਹਾਂਜੀ ਪਾਣੀ ਟੱਪਣ ਦਾ ਫੁੱਲ ਖਤਰਾ ਜੀ। ਬਲਵਿੰਦਰ ਸਿੰਘ ਜੀ, ਮੈਂ ਰੇੜਮਾ ਪਿੰਡ ਆ ਜੀ, ਮੇਰਾ ਕੀ ਹਾਲਾਤ ਨੇ? ਹਾਲਾਤ ਬਹੁਤ ਮਾੜੇ ਆ ਜੀ, ਬਹੁਤ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਜੀ, ਬਹੁਤ ਕੁਛ ਹੋ ਜੂਗਾ ਜੀ ਜੇ ਬਾਈ ਸਰਕਾਰ ਮਸਲਾ ਹੱਲ ਕਰ ਸਕਦੀ ਤਾਂ ਕਰੇ ਜੀ। ਪਾਣੀ ਦੀ ਕੀ ਪੀਸ਼ਨ ਹੈ? ਪਾਣੀ ਬਹੁਤ ਜ਼ਿਆਦਾ ਜੀ, ਪਤਾ ਨਹੀਂ 88 ਤੋਂ ਵੱਧ ਆ ਰਿਹਾ ਜੀ। ਤੁਸੀਂ ਬੰਦ ਤੇ ਖੜੇ ਕਿੰਨਾ ਕੁ ਫਰਕ ਰਹਿ ਗਿਆ ਪਾਣੀ? ਇਹ ਬਸ ਜੀ 2 ਫੁੱਟ ਦਾ ਰਹਿ ਗਿਆ, 1.5 ਫੁੱਟ ਦਾ ਰਹਿ ਗਿਆ ਜੀ, ਆਹ ਗਿੱਠਾ ਮਿਲ ਲਓ ਜੀ, 1.5 ਫੁੱਟ ਦਾ ਫਰਕ ਰਹਿ ਗਿਆ ਹੋਊਗਾ ਜੀ, ਪਾਣੀ ਆ ਰਿਹਾ ਜੀ, ਬਿਲਕੁਲ ਬੱਚਿਆਂ ਤੱਕ ਨੁਕਸਾਨ ਹੋ ਸਕਦਾ ਜੀ। ਹੁਣ ਜਿਹੜੀ ਮਿੱਟੀ ਪਵਾਈ ਜਾ ਰਹੀ ਹੈ ਕੌਣ ਪਵਾ ਰਿਹਾ ਇਹ ਜੀ? ਸਾਡੇ ਪਿੰਡ ਵਾਲੇ ਸਰਪੰਚ ਸਾਹਿਬ ਪਵਾ ਰਹੇ ਆ, ਪਿੰਡ ਦੇ ਬੰਦੇ ਪਵਾ ਰਹੇ ਜੀ। ਜੋ ਕੋਈ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਮਦਦ ਮਿਲੀ ਕੋਈ? ਨਹੀਂ ਮਦਦ ਨਹੀਂ ਮਿਲੀ ਜੀ, ਸਰਕਾਰ ਦੀ ਕੋਈ ਮਦਦ ਨਹੀਂ ਸਾਨੂੰ ਮਿਲ ਰਹੀ ਜੀ, ਕੋਈ ਮਦਦ ਨਹੀਂ ਸਾਨੂੰ ਮਿਲ ਰਹੀ, ਨਾ ਬੇੜੀ ਆ ਰਹੀ, ਉਹ ਬੰਦੇ ਵੇਲੋ ਡੁੱਬੀ ਜਾ ਰਹੇ ਜੀ, ਸਾਡਾ ਪਿੰਡ ਦਾ ਬੱਚੇ ਜਾ ਰਹੇ ਜੀ, ਮਦਦ ਕਰੋ ਜੀ ਸਾਡੀ। ਪਿੰਡ ਵਾਸੀਆਂ ਵੱਲੋਂ ਹਮਲਾ ਮਾਰ ਕੇ ਜਿਹੜੀ ਇੱਥੇ ਮਿੱਟੀ ਪਾਈ ਜਾ ਰਹੀ, ਬੰਨ ਉੱਤੇ ਕੀਤਾ ਜਾ ਰਿਹਾ? ਦੇਖੋ ਜੀ, ਪਿੰਡ ਵਾਸੀਆਂ ਦੀ ਬਹੁਤ ਵੱਡੀ ਹਿੰਮਤ ਹੈਗੀ ਆ, ਅਤੇ ਨਾਲ ਜਿਹੜਾ ਸਾਡੇ DC ਸਾਹਿਬ, SDO ਸਾਹਿਬ, ਸਾਰੇ ਪੰਚਾਇਤ ਜਿੰਨੇ ਵੀ ਆ, ਸਾਰੇ ਅਧਿਕਾਰੀ ਪ੍ਰਸ਼ਾਸਨ ਵੱਲੋਂ ਬਹੁਤ ਵੱਡਾ ਯੋਗਦਾਨ ਆ, ਕੋਈ ਕਿ ਢਿੱਲ ਨਹੀਂ ਕਿਸੇ ਦੀ, ਪਰਸੋਂ ਤੋਂ ਲੈ ਕੇ ਲੱਗੇ ਹੋਏ ਆ। ਇਹ ਕੁਦਰਤੀ ਆਫਤ ਆ, ਇਹਨੂੰ ਨਜਿੱਠਣ ਵਾਸਤੇ ਜਿਹੜਾ ਹੈਗਾ, ਜਿੱਥੇ ਸਰਕਾਰੀ ਪ੍ਰਸ਼ਾਸਨ, ਸਰਕਾਰੀ ਮਸ਼ੀਨਰੀ ਦੀ ਲੋੜ ਆ, ਉੱਥੇ ਸਾਰਾ ਕੁਛ ਲੋਕਾਂ ਦਾ ਵੀ ਵੱਡਾ ਸਹਿਯੋਗ ਚਾਹੀਦਾ, ਪਰ ਜਿਹੜਾ ਹੈਗਾ ਬਹੁਤ ਵੱਡਾ ਸਹਿਯੋਗ ਇੱਥੇ ਮਿਲ ਰਿਹਾ। ਇਕੱਲਾ ਇੱਥੇ ਰੇੜਮਾ ਦੇ ਵਿੱਚ ਨਹੀਂ ਖਤਰਾ ਹੈਗਾ, ਸਾਨੂੰ ਪਤਾ ਵੀ ਅੱਜ ਸਾਡਾ ਲੈ ਕੇ ਜਿਹੜਾ ਹੈਗਾ, ਅਸੀਂ ਸਵੇਰੇ ਜਗਰਾਉਂ ਤੋਂ ਪਰਲੇ ਹਲਕੇ ਦੇ ਵਿੱਚੋਂ ਬਹਾਦਰ ਕਿਆ ਤੋਂ ਅੱਗੇ ਬਾਗੀਆਂ ਪਿੰਡ ਆ, ਉਦੋਂ ਵੀ ਅੱਗੇ ਜਾ ਕੇ ਅਸੀਂ ਸਾਰਾ ਵੇਖ ਕੇ ਆਏ ਹਾਂ, ਉਹ ਇਦੋਂ ਵੀ ਜ਼ਿਆਦਾ ਮਾੜੇ ਹਾਲ ਸੀਗੇ, ਜਿੱਥੇ ਸਾਡਾ ਪੂਰੇ ਲੋਕਾਂ ਨੇ ਵੀ ਸਾਥ ਦਿੱਤਾ ਅਤੇ ਬਹੁਤ ਵਧੀਆ ਆਪੋ ਆਪਣੇ ਟਰੈਕਟਰ ਟਰਾਲੀਆਂ ਲਾ ਕੇ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਹੈਗਾ, ਸਾਰੇ ਅਫਸਰ ਇੱਥੇ ਬੈਠੇ ਹੈਗੇ ਆ, ਸਾਰਾ ਕੁਛ ਤੰਬੂ ਵਗੈਰਾ ਸਭ ਕੁਛ ਜੋ ਕੁਛ ਇੱਥੇ ਪਹੁੰਚ ਚੁੱਕਾ। ਦੇਖੋ ਜੀ, ਇਹ ਹੈਗਾ ਪੂਰਾ ਇੱਥੇ, ਹੁਣ ਤੁਸੀਂ ਆਪ ਹੀ ਦੇਖ ਲਿਆ ਸਾਰਾ ਕੁਛ ਆ ਕੇ, DC ਸਾਹਿਬ ਇੱਥੇ, SDO ਸਾਹਿਬ ਇੱਥੇ, ਸਾਰਾ ਪ੍ਰਸ਼ਾਸਨ ਸਾਡਾ ਇੱਥੇ ਹੈਗਾ। 2 ਦਿਨ ਪਹਿਲਾਂ ਹੋਇਆ, ਬਿਲਕੁਲ ਪਹਿਲਾਂ ਹੋਇਆ। ਵੇਖੋ ਜੀ, ਨਹੀਂ ਇਹ ਕੱਲ ਅੱਜ ਵੇਖੋ, ਗੱਲ ਸੁਣੋ, ਕੱਲ ਜਿੱਥੇ ਅਸੀਂ ਕੱਲ ਸਗੇੜੇ ਸੀ ਸਾਰੇ, ਕੱਲ ਸਗੇੜੇ ਉੱਧਰ ਅੱਗੇ ਸਾਰਾ ਅੱਗੇ ਸੀਗੇ ਸਾਰੇ, ਰਾਤ ਵੀ ਇੱਥੇ DC ਸਾਹਿਬ, SDO ਸਾਹਿਬ ਸਭ ਇੱਥੇ ਸੀਗੇ ਰਾਤ ਵੀ, ਸਵੇਰੇ ਸੁਬਹਾ ਦੇ ਫਿਰ ਲੱਗੇ ਆ, ਇਕੱਲਾ ਇੱਥੋਂ ਨਹੀਂ ਲੈ ਕੇ, ਤੁਸੀਂ ਜਗਰਾਉਂ ਤੋਂ ਲੈ ਕੇ ਗਿਣੋ ਕਿੱਥੋਂ ਤੱਕ ਏਰੀਆ ਪੈਂਦਾ। ਦੇਖੋ ਹਾਲਾਤ, ਦੇਖੋ ਜਿਹੜਾ ਹੈਗਾ ਇਹ ਕੁਦਰਤ ਦਾ ਕਰੋਪ ਆ, ਕਰੋਪੀ ਆ, ਇਹ 88 ਦੇ ਵਿੱਚ ਵੀ ਸਾਡਾ ਜਿਹੜਾ ਉਹ ਇਸ ਟਾਈਮ ਦੇ ਉੱਤੇ ਬਹੁਤ ਹਲਕੇ ਦਾ ਮੰਦਾ ਹਾਲ ਹੋਇਆ ਸੀਗਾ, ਬਹੁਤ ਨੁਕਸਾਨ ਹੋਇਆ ਸੀਗਾ, ਪਰ ਇਹ ਜਿਹੜਾ ਇਹਨੂੰ ਆਪਾਂ ਜਿੰਨਾ ਹੈਗਾ ਠੱਲਣ ਵਾਸਤੇ, ਕੋਈ ਢਿੱਲ ਨਹੀਂ ਕਿਸੇ ਦੀ,
ਪਰ ਜੇ ਅਗਾਂਹ 'ਚ ਕਿਸੇ ਤੋਂ ਦੁਬਾਰਾ ਹੋ ਕੇ ਕੋਈ ਕੰਮ ਹੁੰਦਾ ਤਾਂ ਉਹਨੂੰ ਮੈਂ ਕੋਈ ਕਹਿ ਨਹੀਂ ਸਕਦਾ। ਹਾਲੇ ਤੱਕ ਕੰਟਰੋਲ 'ਚ ਚੱਲ ਰਿਹਾ ਸਾਰਾ ਕੁਛ, ਅਤੇ ਕੋਈ ਅਫਸਰ ਵੱਲੋਂ ਢਿੱਲ ਨਹੀਂ। ਸਾਡੇ ਜਿਹੜੇ ਆ ਸਾਡੀ ਪਾਰਟੀ ਦੇ ਵਰਕਰ ਆ ਜਿਹੜੇ ਸਾਡੇ ਸਾਰੇ ਪੂਰੇ ਤਹਿ ਦਿਲੋਂ ਲੱਗੇ ਹੋਏ ਆ, ਕਿਸੇ ਵੱਲੋਂ ਕੋਈ ਢਿੱਲ ਨਹੀਂ ਗਈ, ਅਤੇ ਪੂਰਾ ਸਹਿਯੋਗ ਸਾਰਾ ਸਾਨੂੰ ਜਿਹੜਾ ਸੰਗਤ ਦਾ ਮਿਲ ਰਿਹਾ ਹੈਗਾ, ਅਤੇ ਪੂਰੇ ਤਤਪਰ ਆ, ਪੂਰਾ ਪ੍ਰਸ਼ਾਸਨ ਤਤਪਰ ਆ। ਪਰ ਫਿਰ ਵੀ ਜੇ ਕੁਛ ਹੁੰਦਾ ਤਾਂ ਅਸੀਂ ਉਹ ਨਜਿੱਠਣਗੇ ਤਗੜੇ ਹੋ ਕੇ, ਪਰ ਕੋਈ ਇਹਦੇ 'ਚ ਢਿੱਲ ਨਹੀਂ। ਚਾਰੇ ਵਗੈਰੇ ਦਾ ਜਿਹੜੇ ਖਾਣ ਦੇ ਆ, ਮੈਂ ਆਖਿਆ ਜੀ ਚਾਰੇ ਵਗੈਰੇ ਦਾ ਵੀ ਇੰਤਜ਼ਾਮ ਸਾਰਾ ਹੋ ਰਿਹਾ, ਜਿਹੜਾ ਹੈਗਾ ਫੀਡ ਵਗੈਰਾ ਦਾ ਵੀ ਇੰਤਜ਼ਾਮ ਹੋ ਰਿਹਾ, ਕਿਸੇ ਪਾਸਿਓਂ ਕੋਈ ਢਿੱਲ ਨਹੀਂ ਹੋਊਗੀ, ਸਾਰਾ ਕੁਛ ਉਹਨੂੰ ਤੰਬੂ ਵਗੈਰਾ ਸਭ ਕੁਛ ਜੋ ਹੈਗਾ ਖਾਣ ਪੀਣ ਦਾ ਰਾਸ਼ਨ ਸਭ ਪਹੁੰਚੋ। ਦੇਖੋ ਜੀ ਸਾਡੇ ਪਿੰਡ ਜਿਹੜੇ ਆ ਦਰਿਆ ਦੇ ਏਰੀਏ ਦੇ ਵਿੱਚ ਸਾਡੇ ਲੈ ਕੇ ਇੱਥੋਂ ਗਿੱਲੋ ਤਾਰੇ ਵਾਲੇ ਤੋਂ ਲੈ ਕੇ ਆ 50 ਦੇ ਪਿੰਡ ਦੇ 50-40 ਪਿੰਡ 40 ਕਹਾਉਂਦੇ ਹੈਗੇ, 50 ਗਿੱਲੋ 40 ਗਿੱਲੋ ਗਾਂ ਲਪੇਟ ਜਾ ਚੁੱਕੇ ਆ। ਪਰ ਜਿਵੇਂ ਹੁਣ ਉਹ ਪਰੇ ਹੈਗਾ ਵੀ ਲਪੇਟ ਦੇ ਵਿੱਚ ਆ ਚੁੱਕੇ ਆ, ਪਰ ਜਿਹੜਾ ਹੈਗਾ ਅੱਜ ਪਾਣੀ ਅੰਦਰ ਜਿਹੜੀਆਂ ਫਸਲਾਂ ਜਿਹੜੀਆਂ ਬਿਲਕੁਲ ਤਬਾਹ ਹੋ ਗਈਆਂ, ਪਰ ਜਿਹੜਾ ਹੈਗਾ ਬਾਹਰ ਆ ਜਿਹੜਾ ਬਾਹਰ ਜਿਹੜੀ ਸਥਿਤੀ ਕੰਟਰੋਲ 'ਚ ਆ, ਦਰਿਆ ਪੂਰਾ ਬੰਨ ਦੇ ਉੱਤੇ ਸਭ ਲੱਗੇ ਹੋਏ ਆ, ਬਹੁਤ ਵੱਡਾ ਇਹ ਤਕੜੇ ਹੋ ਕੇ ਬਹੁਤ ਸਾਰਿਆਂ ਦਾ ਹੰਭਲਾ ਹੈਗਾ, ਕੋਈ ਕਮੀ ਪੇਸ਼ੀ ਨਹੀਂ ਗੀ ਹੈ, ਸਭ ਕੁਛ ਹੋਊਗਾ ਜੀ ਸਭ ਕੁਛ। ਆਵਾਜ਼ ਕੰਮ ਟੀਵੀ ਲਈ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।